टीवी राज देख रहे हो प्यार भरी सत श्री अकाल। मैं हाँ सुखबीर सिंह शेरगिल। इस वेले की वड्डी ते अहम खबर तुहाडे नाल सांझी करन लगे हाँ। तीन काले खेती कानूनों के बाद बहुत सारे लोगों के वलों उत्थे संताप हंडाया गया। 750 तो वध किसान जिहड़े ने वह मौत के मूँह चले गए तो उन्होंने वित्तीय सहायता देने दे लई पंजाब सरकार दे वलों वचनबद्धता जताई गई सी। आम आदमी पार्टी की सरकार सत्ता के उत्ते काबज है तो आम आदमी पार्टी की सरकार 92 सीटां दे के पंजाब दे लोकां ने सत्ता दे उत्ते काबज कीता है। पंजाब दे सेहत ते परिवार भलाई मंत्री विजय सिंगला जिन्हां दे वलों कल मानसा दे विच वित्तीय सहायता चैक वंडे जाणे ने उन्हां शहीद परिवारां नूं जिन्हां दे परिवारक मैंबर मौत दे मूंह दे विच चले गए। तिन्ने काले खेती कानूनां दे विच दिल्ली दे बॉर्डरां दे उत्ते बैठे लगातार आम आदमी पार्टी दी सरकार दे वलों कोशिशां कीतियां जा रहियां सी। लोकां दे नाल वादे दावे किए गए सी, गरंटियां दित्तियां गईयां सी कि लोकां दे हितां दे बारे ਉਹ ਸੁਚੇਤ ਨੇ ਤੇ ਲੋਕਾਂ ਦੇ ਹਿੱਤਾਂ ਦੇ ਵਿੱਚ ਹੀ ਉਹਨਾਂ ਦਾ ਹਰਾ ਪੈਣ ਚੱਲੇਗਾ। ਸੀਐਮ ਭਗਵੰਤ ਮਾਨ ਸਾਹਿਬ ਦੇ ਵੱਲੋਂ ਵੀ ਇਹ ਚੀਜ਼ ਲਗਾਤਾਰ ਪ੍ਰਚਾਰੀ ਜਾਂਦੀ ਸੀ ਆਪਣੇ ਭਾਸ਼ਣਾਂ ਦੇ ਵਿੱਚ ਜਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਵੱਲੋਂ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਲੋਕਾਂ ਦੇ ਵੱਲੋਂ ਦਿੱਤਾ ਵੱਡੀ ਮਾਤਰਾ ਦੇ ਵਿੱਚ ਭਾਰੀ ਫਤਵਾ ਜਿਹੜਾ ਹੈ ਵੱਡੀ ਵੋਟ ਬੈਂਕ ਉਹਨਾਂ ਦੇ ਜਿਹੜੇ ਖੇਮੇ ਦੇ ਵਿੱਚ ਲੋਕਾਂ ਦੇ ਵੱਲੋਂ ਪਾਈ ਗਈ ਹੈ ਉਸ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਵੱਲੋਂ ਨਿਭਾਈਆਂ ਜਾਣੀਆਂ ਨੇ ਤੇ ਇਸੇ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੁਣ ਵਿਜੇ ਸਿੰਗਲਾ ਜਿਹੜੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਉਹਨਾਂ ਦੇ ਵੱਲੋਂ ਕੱਲ ਨੂੰ ਯਾਨੀ ਕਿ 21 ਮਈ ਨੂੰ ਉਹਨਾਂ ਦੇ ਵੱਲੋਂ ਮਾਨਸਾ ਦੇ ਵਿੱਚ ਚੈੱਕ ਵੰਡੇ ਜਾਣੇ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਚੱਲਦਿਆਂ ਉੱਥੇ ਸ਼ਹੀਦ ਹੋ ਗਏ ਸੀ। ਦਿੱਲੀ ਦੇ ਬਾਰਡਰਾਂ ਦੇ ਉੱਤੇ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਸੀ। ਬਾਕੀ ਇਸ ਖਬਰ ਬਾਰੇ ਵਧੇਰੀ ਜਾਣਕਾਰੀ ਦੇ ਲਈ ਇੱਕ ਵਾਰ ਇਸ ਰਿਪੋਰਟ ਦੇ ਉੱਤੇ ਝਾਤ ਜ਼ਰੂਰ ਮਾਰ ਲਵੋ। ਸ਼੍ਰੀ ਵਿਜੇ ਸਿੰਗਲਾ ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮਿਤੀ 21/5/2022 ਨੂੰ ਸਵੇਰੇ 9:30 ਵਜੇ ਬਚਤ ਭਵਨ ਮਾਨਸਾ ਵਿਖੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਲਗਾਏ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡਣ ਲਈ ਪਹੁੰਚ ਰਹੇ ਨੇ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਦਾ ਨਾਮਾ ਸਾਹਮਣੇ ਦਰਜ ਕਰਨ ਲਈ ਲਗਾਇਆ ਗਿਆ ਹੈ। ਇਹ ਅਧਿਕਾਰੀ ਉਹਨਾਂ ਨੂੰ ਸੌਂਪੀ ਡਿਊਟੀ ਅਨੁਸਾਰ ਲੋੜੀਂਦੇ ਪ੍ਰਬੰਧ ਕਰਨਗੇ ਅਤੇ ਇਹ ਸਾਰੇ ਪ੍ਰਬੰਧਾਂ ਦੇ ਜ਼ਿੰਮੇਵਾਰ ਵੀ ਹੋਣਗੇ। ਉਦਾਹਰਨ ਦੇ ਤੌਰ ਦੇ ਉੱਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਭਾਗ ਦਾ ਨਾਮ ਜਿਵੇਂ ਸੀਨੀਅਰ ਕਪਤਾਨ ਪੁਲਿਸ ਮਾਨਸਾ ਉਹਨਾਂ ਦੇ ਵੱਲੋਂ ਜਿਹੜੇ ਕੰਮ ਕੀਤੇ ਜਾਣੇ ਨੇ VIP ਦੀ ਆਮਦ ਅਤੇ ਸਮਾਗਮ ਸੰਬੰਧੀ ਪ੍ਰੋਟੋਕਾਲ ਅਨੁਸਾਰ ਲੋੜੀਂਦੇ ਸੁਰੱਖਿਆ ਟ੍ਰੈਫਿਕ ਪਾਰਕਿੰਗ ਆਦਿ ਦੇ ਪ੍ਰਬੰਧ ਉਹ ਕਰਨਗੇ। ਉਪ ਮੰਡਲ ਮੈਜਿਸਟ੍ਰੇਟ ਮਾਨਸਾ ਦੀ ਗੱਲ ਕਰੀਏ ਤਾਂ ਉਹ ਪ੍ਰੋਗਰਾਮ ਦੀ ਸਮੁੱਚੀ ਸੁਪਰਵਿਜ਼ਨ ਕਰਨਗੇ। ਇਸੇ ਤਰੀਕੇ ਦੇ ਨਾਲ ਸਿਵਲ ਸਰਜਨ ਮਾਨਸਾ ਉਹਨਾਂ ਦੇ ਵੱਲੋਂ ਪ੍ਰੋਟੋਕਾਲ ਅਨੁਸਾਰ ਲੋੜੀਂਦੀ ਕਾਰਵਾਈ ਕਰੀ ਜਾਣੀ ਹੈ। ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮਾਨਸਾ ਦੇ ਵੱਲੋਂ ਪ੍ਰੋਗਰਾਮ ਦੌਰਾਨ ਬਿਜਲੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਣੀ ਹੈ। ਇਸੇ ਤਰੀਕੇ ਦੇ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਮਾਨਸਾ ਇਹ ਪ੍ਰੈਸ ਕਵਰੇਜ ਸੰਬੰਧੀ ਲੋੜੀਂਦੀ ਕਾਰਵਾਈ ਕਰਨਗੇ। ਅਜਿਹੇ ਤਰੀਕੇ ਦੇ ਨਾਲ ਜਿਹੜੇ ਵਿਭਾਗਾਂ ਦੀ ਜਿਸ ਹਿਸਾਬ ਦੇ ਨਾਲ ਡਿਊਟੀ ਲੱਗੀ ਹੈ ਉਹਨਾਂ ਦੇ ਵੱਲੋਂ ਬਾਖੂਬੀ ਨਿਭਾਉਣ ਦੀ ਆਸ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਾਰੀਆਂ ਕਾਰਗੁਜ਼ਾਰੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਜਾਣਕਾਰੀਆਂ ਇਸ ਖਬਰ ਬਾਬਤ ਨਿਕਲ ਕੇ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੇਗਾ TVN ਰਾਏ। ਫਿਲਹਾਲ ਦੇ ਲਈ ਜਿਹੜੀਆਂ ਜਾਣਕਾਰੀਆਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਸ਼੍ਰੀ ਵਿਜੇ ਸਿੰਗਲਾ ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵੱਲੋਂ 21/5/2022 ਨੂੰ ਸਵੇਰੇ 9:30 ਵਜੇ ਬਚਤ ਭਵਨ ਮਾਨਸਾ ਵਿਖੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਲਗਾਏ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਜਾਣੇ ਨੇ। ਮੀਆਂ ਭਾਰਤੀ ਜੀ +91 981 55 120 50 ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀਡ ਕਰਵਾਓ। ਓਪਰੀ ਹਵਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪ੍ਰੇਮ ਵਿਵਾਹ, ਮਨਚਾਹਾ ਪਿਆਰ, ਲਾਟੋ, ਲਾਇਲਾਜ ਬਿਮਾਰੀ, ਪਤੀ ਪਤਨੀ ਦੇ ਝਗੜੇ, ਦੁਸ਼ਮਣ ਸੌਤਨ, ਨੌਕਰੀ ਕਾਰੋਬਾਰ, ਘਰੇਲੂ ਕਲੇਸ਼ ਅਤੇ ਕੋਰਟ ਕਚਹਿਰੀ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਵਿੱਚ ਰੁਕਾਵਟਾਂ, ਆਪਣੇ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰੋ। ਕਾਲ ਔਰ ਵਟਸਐਪ ਮੀਆਂ ਭਾਰਤੀ ਜੀ +91 981 55 120 50।